ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਦਰਸ਼ਨ ਸਿੰਘ ਸਨ ਆਫ ਗੁਰਦਾਸ ਸਿੰਘ ਹੈ ਜੀ। ਮੈਂ ਰਾਮਪੁਰਾਫੂਲ ਦਾ ਵਾਸੀ ਹਾਂ ਜੀ। ਮੈਂ 21 ਤਰੀਕ ਨੂੰ ਕਰੋਨਾ ਪੋਜ਼ਿਟਿਵ ਆ ਗਿਆ ਸੀਗਾ ਜੀ, ਅਤੇ ਉਸ ਤੋਂ ਬਾਅਦ 21 ਤਰੀਕ ਨੂੰ ਮੈਂ ਹੋਮ ਆਈਸੋਲੇਟ ਹੋ ਗਿਆ ਸੀਗਾ ਜੀ। ਠੀਕ ਹੈ ਜੀ, ਅੱਜ ਮੈਨੂੰ 10 ਦਿਨ ਹੋ ਗਏ, ਮੈਨੂੰ ਕੋਈ ਦਿੱਕਤ ਨਹੀਂ ਜੀ। ਸਿਵਲ ਹੋਸਪਿਟਲ 'ਚ ਮੈਨੂੰ ਦਵਾਈ ਵਗੈਰਾ ਦੇ ਕੇ ਸਾਰਾ ਕੁਛ ਉਹਨਾਂ ਨੇ ਭੇਜ ਦਿੱਤਾ ਸੀ ਇੱਕ ਵਾਰੀ। ਠੀਕ ਹੈ ਜੀ, ਅਤੇ ਅੱਜ ਮੈਂ ਠੀਕ ਠਾਕ ਹਾਂ, ਵਧੀਆ ਜੀ। ਤੁਹਾਨੂੰ ਕੋਈ ਦਿੱਕਤ ਹੈਗੀ? ਨਹੀਂ ਜੀ ਨਹੀਂ, ਕੋਈ ਦਿੱਕਤ ਨਹੀਂ ਹੈਗੀ, ਕੋਈ ਸਿੰਪਟਮ ਨਹੀਂ ਹੈਗੇ ਜੀ, ਕੋਈ ਖਾਂਸੀ ਜ਼ੁਕਾਮ ਵਗੈਰਾ ਬੁਖਾਰ ਕੁਛ ਵੀ ਨਹੀਂ ਹੈਗਾ ਜੀ। ਠੀਕ ਹੈ ਜੀ, ਅਤੇ ਮੈਨੂੰ ਦਵਾਈ ਬੂਟੀ ਵਗੈਰਾ ਦੇ ਕੇ ਉਹਨਾਂ ਨੇ ਬਹੁਤ ਵਧੀਆ ਉਹਨਾਂ ਨੇ ਮੈਨੂੰ ਭੇਜਿਆ ਹੋਇਆ ਜੀ। ਠੀਕ ਹੈ ਜੀ, ਸਮੇਂ ਸਿਰ ਮੈਨੂੰ ਵਧੀਆ ਮੈਂ ਦਵਾਈ ਲੈਣਾਗਾ ਜੀ। ਠੀਕ ਹਾਂ। ਤੁਹਾਨੂੰ ਸਰਕਾਰ ਵੱਲੋਂ ਮਦਦ ਕੋਈ? ਸਾਨੂੰ ਸਰਕਾਰ ਕੋਲੋਂ ਬਹੁਤ ਵਧੀਆ ਮਦਦ ਮਿਲ ਰਹੀ ਹੈ ਜੀ। ਸਾਡੇ ਤਹਿਸੀਲਦਾਰ ਨੇ ਡਾਕਟਰ ਬਿਨੇ ਬਾਂਸਲ ਨੇ ਗਏ ਜੀ। ਠੀਕ ਹੈ ਜੀ, ਉਹਨਾਂ ਦਾ ਇੱਕ ਗਰੁੱਪ ਬਣਾਇਆ ਹੋਇਆ ਹੈਗਾ ਜੀ, ਅਤੇ ਅਸੀਂ ਉਹਦੇ ਆਪਣੇ ਉਹਨਾਂ ਦੀਆਂ ਜੂਮ ਕਲਾਸਾਂ ਲੱਗਦੀਆਂ ਨੇਗੀਆਂ ਜੀ, ਅਸੀਂ ਉਹ ਅਟੈਂਡ ਕਰਦੇ ਹਾਂ ਜੀ। ਠੀਕ ਹੈ ਜੀ, ਉਹ ਸਾਨੂੰ ਵਾਰ ਵਾਰ ਅਪਡੇਟ ਲੈਂਦੇ ਨੇ ਸਾਥੋਂ ਜੀ, ਸਾਡੇ ਪਲਸ ਆਕਸੀਮੀਟਰ ਦੀ, ਸਾਡੇ ਥਰਮਾਮੀਟਰ ਦੀ ਜੀ। ਠੀਕ ਹੈ ਜੀ, ਉਹ ਸਾਨੂੰ ਵਾਰ ਵਾਰ ਸਾਨੂੰ ਇੱਕ ਦਿਨ 'ਚ ਘੱਟੋ ਘੱਟ ਨਾਲ ਪੰਜ ਪੰਜ ਸੱਤ ਸੱਤ ਵਾਰ ਫੋਨ ਆਉਂਦੇ ਨੇ ਜੀ। ਠੀਕ ਹੈ, ਕਿਸੇ ਦਫ਼ਤਰ ਇਹਦੇ 'ਚ ਆਪਣੇ ਜੋ ਦਫ਼ਤਰਾਂ 'ਚ ਜੀ। ਠੀਕ ਹੈ ਜੀ, ਸਾਨੂੰ ਵਾਰ ਵਾਰ ਪੁੱਛਦੇ ਨੇ ਸਾਨੂੰ ਕੋਈ ਦਿੱਕਤ ਕਿਸੇ ਤਰ੍ਹਾਂ ਦੀ, ਕੋਈ ਵੀ ਤਕਲੀਫ। ਠੀਕ ਹੈ ਜੀ, ਅਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਹੈ ਤਾਂ ਅਸੀਂ ਕਦੋਂ ਵੀ ਉਹਨਾਂ ਨੂੰ ਦਿਨੇ ਵਿੱਚ ਰਾਤ ਨੂੰ ਜਦੋਂ ਵੀ ਫੋਨ ਕਰ ਸਕਦੇ ਹਾਂ। ਠੀਕ ਹੈ ਜੀ, ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ ਜੀ, ਸਾਨੂੰ ਕੋਈ ਖਾਂਸੀ ਜ਼ੁਕਾਮ ਵਗੈਰਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਜੀ। ਠੀਕ ਹੈ ਜੀ, ਡਾਕਟਰ ਬਿਨੇ ਬਾਂਸਲ ਜੀ ਸਾਡਾ ਬਹੁਤ ਵਧੀਆ ਸਾਥ ਦੇ ਰਹੇ ਨੇ, ਬਹੁਤ ਵਧੀਆ ਉਹਨਾਂ ਦਾ ਇਹ ਉਪਰਾਲਾ ਗਾ ਜਿਹੜਾ ਉਹਨਾਂ ਨੇ ਗਰੁੱਪ ਬਣਾ ਰੱਖਿਆ ਗਿਆ। ਠੀਕ ਹੈ ਜੀ, ਅਤੇ ਉਹਨਾਂ ਨੇ ਇਹਨਾਂ ਦੀ ਬਹੁਤ ਵਧੀਆ ਜੀ ਉਪਰਾਲਾ ਕੀਤਾ ਹੋਇਆ ਜੀ। ਤੁਸੀਂ ਲੋਕਾਂ ਨੂੰ ਕੁਛ ਸੁਨੇਹਾ ਦੇਣਾ ਚਾਹੁੰਦੇ ਹੋ? ਲੋਕਾਂ ਨੂੰ ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਵੀ ਹਰੇਕ ਬੰਦੇ ਨੂੰ ਟੈਸਟ ਕਰਵਾਉਣਾ ਚਾਹੀਦਾ ਜਦੋਂ ਕਿਸੇ ਨੂੰ ਸਿੰਪਟਮ ਲੱਗਦੇ ਨੇਗੇ ਜੀ। ਠੀਕ ਹੈ ਜੀ, ਅਤੇ ਆਪਣੇ ਆਪ ਦੀ ਇਲਾਜ ਕਰਵਾਵੇ ਜੀ, ਆਪਾਂ ਇਸ ਬਿਮਾਰੀ ਨੂੰ ਜੜੋਂ ਦੇਸ਼ 'ਚੋਂ ਮੁਕਾ ਸਕੀਏ ਜੀ। ਠੀਕ ਹੈ ਜੀ, ਇੱਕ ਬਾਈ ਜੀ ਨੇ ਡਾਕਟਰ ਆਪਣਾ ਸੋਰੀ ਕੁਲਵਿੰਦਰ ਸਿੰਘ ਨੇ ਜੀ, ਠੀਕ ਹੈ ਜੀ, ਉਹ ਇਸ ਚੀਜ਼ ਨੂੰ ਬਹੁਤ ਅਪਡੇਟ ਕਰ ਰਹੇ ਨੇ, ਬਹੁਤ ਵਧੀਆ ਉਹਨਾਂ ਦਾ ਅਸੀਂ ਉਪਰਾਲਾ ਮੰਨਦੇ ਹਾਂ ਜੀ। ਉਹਨਾਂ ਦਾ ਆਪਣਾ ਪਰਸਨਲ ਨੰਬਰ ਵੀ ਉਹਨਾਂ ਨੇ ਸਾਨੂੰ ਦਿੱਤਾ ਹੋਇਆ ਜੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਖਾਂਸੀ ਜ਼ੁਕਾਮ ਵਗੈਰਾ ਕੋਈ ਵੀ ਕੋਈ ਦਿੱਕਤ ਆਉਂਦੀ ਆ, ਠੀਕ ਹੈ ਜੀ, 2 ਮਿੰਟ ਦੇ ਵਿੱਚ, ਮੈਨੂੰ 2 ਮਿੰਟ ਤਾਂ ਲੱਗਦੇ ਨਹੀਂ ਹੋਣੇ ਵੀ ਜਦੋਂ ਐਂਬੂਲੈਂਸ ਆਪਣੇ ਵਾਰ ਵਿੱਚ ਆ ਜਾਂਦੀ ਹੈ ਜੀ ਆਪਾਂ ਨੂੰ ਲੈਣ ਵਾਸਤੇ, ਜਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਹੈ। ਠੀਕ ਹੈ ਜੀ, ਅਤੇ ਆਪਾਂ ਤਾਂ ਇਹੀ ਗੱਲ ਕਹਿੰਦੇ ਹਾਂ ਜੀ, ਸਰਕਾਰ ਸਾਰੇ ਲੋਕਾਂ ਨੂੰ ਵੀ ਇਹ ਕਰਵਾਉਣਾ ਚਾਹੀਦਾ ਟੈਸਟ, ਕਿਸੇ ਤਰ੍ਹਾਂ ਦੀ ਜਿਹੜੇ ਅਫਵਾਹਾਂ ਫੈਲ ਰਹੀਆਂ ਨੇ ਜੀ ਵੀ ਉੱਥੇ ਦੇ ਮਰੀਜ਼ ਮਾਰ ਦਿੰਦੇ ਆ ਜੀ, ਜਾਂ ਉੱਥੇ ਰੋਟੀ ਨਹੀਂ ਮਿਲਦੀ ਜੀ, ਉੱਥੋਂ ਮਰੀਜ਼ ਭੱਜ ਗਿਆ ਜੀ। ਠੀਕ ਹੈ ਜੀ, ਇਹ ਸਭ ਬਾਈ ਜੀ ਅਫਵਾਹਾਂ ਨੇਗੀਆਂ, ਕੋਈ ਦਿੱਕਤ ਨਹੀਂ ਕਿਸੇ ਗੱਲ ਦੀ, ਸਭ ਨੂੰ ਰੋਟੀ ਪਾਣੀ ਟਾਈਮ 'ਤੇ ਮਿਲਦਾ ਗਾ, ਖਾਣਾ ਪਾਣੀ ਜੂਸ ਵਗੈਰਾ ਤੱਕ ਵੀ ਮਿਲਦਾ ਉੱਥੋਂ ਜੀ। ਠੀਕ ਹੈ ਜੀ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਬਾਈ ਜੀ, ਇਸ ਤਾਂ ਹਰੇਕ ਬੰਦੇ ਨੂੰ ਇਹੀ ਕਹਿਣਾ ਚਾਹੁੰਦੇ ਹੈਗੇ, ਠੀਕ ਹੈ ਨਾ, ਵੀ ਆਪਣੇ ਆਪਾਂ ਹੀ ਟੈਸਟ ਕਰਵਾਓ, ਇਸ ਬਿਮਾਰੀ ਨੂੰ ਆਪਾਂ ਦੇਸ਼ 'ਚ ਮੁਕਾ ਸਕੀਏ।